ਅਭਿਜੇ ਸ਼ਰਮਾ ਨੇ ਰਿਆੜ ਸਾਹਿਬ ਦੇ ਨਾਲ ਕੋਲੈਬਰੇਟ ਕਰਨ ਦਾ ਐਕਚੁਅਲੀ ਕਾਲਜ ਦੇ ਟਾਈਮ 'ਤੇ ਸੋਚਿਆ ਸੀ, ਅਤੇ ਉਹਨਾਂ ਨੇ ਇਹ ਸੋਚਿਆ ਸੀ ਕਿ ਕੋਈ ਐਸਾ ਗਾਣਾ ਬਣਾਵਾਂਗੇ ਜੋ ਕਿ ਕੰਟਰੀ ਦੇ ਜਿਹੜੇ ਬਾਰਡਰਸ ਨੇ ਉਹਨਾਂ ਨੂੰ ਕ੍ਰੋਸ ਕਰ ਜਾਏ। ਬਟ ਉਹਨਾਂ ਨੂੰ ਕੀ ਪਤਾ ਸੀ ਕਿ ਓਬਸੈਸਡ ਗਾਣੇ ਦੇ ਨਾਲ ਵੇਰੀਅਸ ਕੰਟਰੀਜ਼ ਦੇ ਬਾਰਡਰਸ ਕ੍ਰੋਸ ਹੋ ਜਾਣਗੇ, ਬਿਕੋਜ਼ ਐਜ਼ ਯੂ ਨੋ ਹਿੱਟ ਮਿਊਜ਼ਿਕ ਹੈਜ਼ ਨੋ ਬਾਉਂਡਰੀਜ਼। ਸੋ ਗਾਈਜ਼, ਇਹ ਗਾਣਾ ਬਣਿਆ ਓਬਸੈਸ, ਤਾਂ ਹੀ ਤਾਂ ਇਹਨਾਂ ਨੂੰ ਮਿਲਿਆ ਜੀ ਪਾਪੂਲਰ ਪੰਜਾਬੀ ਰਾਈਜ਼ਿੰਗ ਸੌਂਗ ਦਾ ਅਵਾਰਡ। ਓਬਸੈਸ਼ਨ ਕਿਸੇ ਵੀ ਚੀਜ਼ ਦਾ ਹੋਵੇ ਤਾਂ ਥੋੜ੍ਹਾ ਜਿਹਾ ਕੇਅਰ ਦੇ ਨਾਲ ਚੱਲਣਾ ਪੈਂਦਾ। ਜੇ ਓਬਸੈਸ਼ਨ ਹੀ ਓਬਸੈਸਡ ਗਾਣੇ ਦਾ ਹੋਵੇ, ਮੈਂ ਕਿਹਾ ਫਿਰ ਖੁਸ਼ੀਆਂ ਮਨਾਓ, ਮਜ਼ੇ 'ਚ ਆ ਜਾਓ, ਕਿਉਂਕਿ ਓਬਸੈਸਡ ਗਾਣੇ ਨੂੰ ਮਿਲ ਗਿਆ ਜੀ ਅਵਾਰਡ ਪਾਪੂਲਰ ਪੰਜਾਬੀ ਰਾਈਜ਼ਿੰਗ ਸੌਂਗ ਦਾ। ਭਾਜੀ ਮੈਨੀ ਮੈਨੀ ਕੰਗ੍ਰੈਚੁਲੇਸ਼ਨ। ਥੈਂਕ ਯੂ ਸੋ ਮਚ ਭਾਜੀ। ਕਿਵੇਂ ਦਾ ਫੀਲ ਕਰ ਰਹੇ ਹੋ ਭਾਜੀ? ਬਹੁਤ ਵਧੀਆ, ਬਹੁਤ ਵਧੀਆ। ਲਾਈਕ ਮੇਰੇ ਲਾਈਫ ਦਾ ਵੈਸੇ ਫਸਟ ਅਵਾਰਡ ਜੀ, ਸੋ ਯਾ ਕਾਫੀ ਐਕਸਾਈਟਡ। ਕੀ ਬਾਤ ਹੈ ਭਾਜੀ। ਭਾਜੀ ਤੁਸੀਂ ਵੀਡੀਓ ਦੇ ਵਿੱਚ ਵੀ ਪੂਰਾ ਐਨ ਐਟੀਟਿਊਡ ਕੈਰੀ ਕੀਤਾ, ਇੱਥੇ ਵੀ ਤੁਸੀਂ ਐਨ ਪੂਰੇ ਐਟੀਟਿਊਡ ਕੈਰੀ ਕਰ ਰਹੇ ਹੋ, ਇਹ ਕਿੱਥੋਂ ਭਾਜੀ ਇਨਸਪਾਇਰ ਕਿੱਥੋਂ ਆ ਤੁਸੀਂ ਇਸ ਐਟੀਟਿਊਡ ਲਈ? ਬਸ ਆਪਣਾ ਬੰਬੇ ਲਾਈਫ ਸਟਾਈਲ ਇਨਸਪਾਇਰਡ ਹੀ ਆ ਵੈਸੇ, ਸਟਰੀਟ ਫੈਸ਼ਨ। ਅੱਛਾ ਯਾ, ਸਟਰੀਟ 'ਤੇ ਰਹਿ ਕੇ ਸਾਰਾ ਕੁਝ ਸਿੱਖਿਆ ਵੀ ਆ, ਐਵਰੀਥਿੰਗ ਫਰੋਮ ਦੇਅਰ। ਭਾਜੀ ਗੁਰਦਾਸਪੁਰ ਤੋਂ ਲੈ ਕੇ ਬੰਬੇ ਤੱਕ ਤੁਹਾਡੇ ਗਾਣੇ ਨੇ ਧੁੰਮਾਂ ਪਾਤੀ, ਹੈ ਨਾ ਜੀ? ਵਿੱਕੀ ਕੌਸ਼ਲ ਨੇ ਵੀ ਰੀਲਾਂ ਸ਼ੇਅਰ ਕੀਤੀਆਂ, ਰਸ਼ਮਿਕਾ ਮਦਾਨਾ ਨੇ ਵੀ, ਅਤੇ ਉਦੋਂ ਭਾਜੀ ਜਦੋਂ ਉਹਨਾਂ ਨੇ ਸ਼ੇਅਰ ਕੀਤੀ ਸੀਗੀ ਰੀਲ ਤੁਹਾਡੀ, ਅਤੇ ਉਦੋਂ ਤੁਸੀਂ ਕਿੰਨੀ ਕੁ ਵਾਰੀ ਦੇਖੀ ਭਾਜੀ, ਕਿੰਨੀ ਦੇਰ ਬਾਅਦ ਤੁਹਾਨੂੰ ਵਿਸ਼ਵਾਸ ਹੋਇਆ? ਮੈਂ ਵੈਸੇ ਮੋਰਨਿੰਗ 10 ਵਜੇ ਉੱਠਿਆ ਨਾ, ਉਹ ਟਾਈਮ ਤੋਂ ਲਾਈਕ ਮੈਨੂੰ ਫਰੈਂਡਸ ਦੇ ਕਾਲ ਹੈ ਜੀ ਕਿ ਹੈ ਨਾ ਇੰਸਟਾਗ੍ਰਾਮ ਓਪਨ ਕਰ, ਵੈਸੇ ਕਿਸੇ ਨੇ ਦੱਸਿਆ ਨਹੀਂ ਕਿ ਵਿੱਕੀ ਕੌਸ਼ਲ ਭਾਜੀ ਨੇ ਰੀਲ ਪਾਈ ਹੈ ਕਿੱਦਾਂ। ਸੋ ਬਸ ਮੈਂ ਉਹ ਉੱਠ ਕੇ ਵੈਸੇ ਹੀ ਨੋਰਮਲੀ ਇੰਸਟਾਗ੍ਰਾਮ ਸਕਰੋਲ ਕਰ ਰਿਹਾ, ਤਾਂ ਲਾਈਕ ਐਵਰੀਥਿੰਗ ਇਜ਼ 100 ਨੋਟੀਫਿਕੇਸ਼ਨ ਨਾ ਐਵਰੀਵੇਅਰ, ਲਾਈਕ ਹੈਂਗ ਹੋ ਗਿਆ ਇੱਕ ਟਾਈਪ ਤਾਂ ਨਾ। ਅੱਛਾ। ਸੋ ਬਸ ਵੇਖ ਕੇ, ਪਹਿਲਾਂ ਕਿਸੇ ਨੂੰ ਰਿਪਲਾਈ ਨਹੀਂ ਦਿੱਤਾ, ਕਾਲ ਵੀ ਨਹੀਂ ਪਿੱਕ ਕੀਤਾ ਕਿਸੇ ਦਾ, ਬਸ ਉਹ ਥੋੜ੍ਹਾ ਬਹੁਤ ਇਟਸ ਮੀ ਟਾਈਮ ਵਾਲਾ ਸਿਚੁਏਸ਼ਨ ਹੁੰਦਾ ਨਾ ਕਿ ਮੈਂ ਮੇਰਾ ਟਾਈਮ ਹੈ, ਆਪਾਂ ਹੈਪੀ ਫੀਲ ਕਰਨਾ ਇਹ ਟਾਈਮ, ਅਤੇ ਬਸ ਉਹੀ ਸੀਗਾ। ਮੈਂ ਰੀਲ ਵੇਖੀ ਕਾਫੀ ਵਾਰੀ, ਅਤੇ ਮੈਂ ਪਹਿਲਾਂ ਇਹ ਗੱਲ ਕਰਕੇ ਵਿੱਕੀ ਬਾਜੀ ਨੂੰ ਟੈਕਸਟ ਡਰੋਪ ਕੀਤਾ ਕਿ ਥੈਂਕ ਯੂ ਸੋ ਮਚ, ਹੈ ਨਾ, ਜਿੱਦਾਂ ਵੀ ਲਾਈਕ ਐਕਸਾਈਟਮੈਂਟ ਲੈਵਲ ਨੈਕਸਟ ਲੈਵਲ ਸੀ ਉਹ ਟਾਈਮ 'ਤੇ। ਸੋ ਆਪਣੇ ਪੋਸਟ ਕੀਤੀ ਆਪਣੇ ਪੇਜ 'ਤੇ ਜੀ, ਸੋ ਯਾ ਫਿਰ ਉਸ ਤੋਂ ਬਾਅਦ ਸਾਰੀ ਦੀ ਮੈਸੇਜ ਜਾਂ ਜੋ ਵੀ ਸਾਰਾ ਕਾਲ ਕੁਲ ਚੱਕਿਆ, ਉਸ ਤੋਂ ਬਾਅਦ ਫਿਰ ਲਾਈਕ ਇਟ ਵਾਜ਼ ਅ ਲਾਈਕ ਨੋਰਮਲ ਡੇ, ਬਟ ਬਹੁਤ ਜ਼ਿਆਦਾ ਕ੍ਰੇਜ਼ੀ ਸੀ ਉਹ ਲਾਈਫ ਦਾ ਨਾ, ਮਤਲਬ ਕਦੇ ਕੁਛ ਲਾਈਫ 'ਚ ਇੱਦਾਂ ਹੋਇਆ ਨਹੀਂ, ਡੇਲੀ ਨੋਰਮਲ ਰੂਟੀਨ ਜਿੱਦਾਂ ਲਾਈਫ ਦਾ ਚੱਲ ਰਿਹਾ ਸੀ ਉੱਦਾਂ ਹੀ ਗਾਣਾ ਡਰੋਪ ਕੀਤਾ, ਰੋਜ਼ ਇੰਸਟਾਗ੍ਰਾਮ ਚੈੱਕ ਕਰਕੇ, ਸਪੋਟੀਫਾਈ ਚੈੱਕ ਕਰਕੇ ਕਿੱਦਾਂ ਜਾ ਰਿਹਾ ਕਿ, ਸੋਇਆ ਇੱਕਦਮ ਹੀ ਮਾਸ ਆਡੀਅੰਸ ਤੱਕ ਪਹੁੰਚ ਗਿਆ ਉਹ ਗਾਣਾ, ਕਿਸੇ ਨੂੰ ਪਤਾ ਹੀ ਨਹੀਂ। ਇੱਕ ਦੋ ਹਫ਼ਤੇ ਤੱਕ ਇੱਦਾਂ ਸੀਗਾ ਕਿ ਹਾਂ ਠੀਕ ਹੈ ਰੀਲ ਪਾਈ ਹੈ ਨਾ, ਇੱਦਾਂ ਪਤਾ ਨਹੀਂ ਸੀ ਕਿ ਇੱਕਦਮ ਬਲੋ ਅਪ ਹੋ ਜਾਏਗਾ, ਇੱਦਾਂ ਲੱਗਿਆ ਕਿ ਹਾਂ ਨੋਰਮਲ ਇੱਕ ਰੀਲ ਪਾਈ ਹੈ ਸਪੋਰਟ ਖਾਤਰ ਜੀ, ਸੋ ਪਤਾ ਨਹੀਂ ਸੀ ਇੱਕ ਦੋ ਹਫ਼ਤੇ ਬਾਅਦ ਕੀ ਹੋ ਜਾਣਾ ਇਹਦਾ। ਨਹੀਂ ਬਿਲਕੁਲ ਭਾਜੀ, ਤੁਹਾਡੇ ਸਾਹਮਣੇ ਹੈ ਜੀ, ਤੁਹਾਨੂੰ ਅਵਾਰਡ ਮਿਲਿਆ, ਇਹ ਤੋਂ ਕੀ ਘੱਟ ਹੋ ਸਕਦਾ ਹੈ ਜੀ। ਅੱਛਾ ਭਾਜੀ, ਤੁਹਾਡੀ ਆਵਾਜ਼ ਚੱਕਵੀ ਜੀ ਹੈ, ਅਭਿਜੇ ਵੀਰੇ ਦੀ ਕੀ ਕਹਿੰਦੇ ਆਵਾਜ਼ ਥੋੜੀ ਸੂਦਿੰਗ ਜੀ, ਹਾਂਜੀ ਹਾਂਜੀ, ਹੈ ਨਾ? ਇਹ ਕਲੈਬ ਭਾਜੀ ਪਹਿਲਾਂ ਹੀ ਬਣਿਆ ਸੀਗਾ ਜਾਂ ਫਿਰ ਗਾਣਾ ਬਣ ਗਿਆ ਸੀ ਉਸ ਤੋਂ ਬਾਅਦ ਕਲੈਬ? ਸੋ ਆਪਾਂ ਇੱਕ ਗਾਣਾ ਪਹਿਲਾਂ ਕੀਤਾ ਹੀ ਵੈਸੇ ਜੀ, ਫਿਰ ਉਸ ਤੋਂ ਬਾਅਦ ਮੈਂ ਪੰਜਾਬ ਆ ਗਿਆ, ਪਿੰਡ ਥੋੜ੍ਹਾ ਟਾਈਮ ਇੱਕ ਦੋ ਹਫ਼ਤਾ ਜੀ ਜੀ, ਫਿਰ ਉਸ ਤੋਂ ਬਾਅਦ ਮਤਲਬ ਅੱਧਾ ਗਾਣਾ ਬਣਾ ਕੇ ਗਏ ਸੀ ਆਪਾਂ, ਫਿਰ ਮੈਨੂੰ ਕਾਲ ਕਰਕੇ ਕਹਿੰਦਾ ਕਿ ਵਾਈਬ ਨਹੀਂ ਆ ਰਹੀ ਹੈ ਨਾ, ਥੋੜ੍ਹਾ ਨਿਊ ਟਰਾਈ ਕਰਦੇ ਆ ਕੁਛ। ਅੱਛਾ। ਅਤੇ ਥੋੜ੍ਹਾ ਬਹੁਤ ਮੇਰੇ ਕੋਲ ਆਈਡੀਆ ਸੀਗਾ ਕਿ ਇੱਦਾਂ ਕਰਨਾ, ਕਿਉਂਕਿ ਫਸਟ ਟਾਈਮ ਮੈਂ ਡਰਿਲ ਬੀਟ ਟਰਾਈ ਕਰ ਰਿਹਾ ਸੀ ਉਹ ਟਾਈਮ 'ਤੇ, ਅਤੇ ਕਦੇ ਟਰਾਈ ਨਹੀਂ ਕੀਤਾ ਪਹਿਲੇ। ਸੋ ਬਸ ਨੈਕਸਟ ਮੈਂ ਜਦੋਂ ਪੰਜਾਬ ਤੋਂ ਫਿਰ ਉਹਦੇ ਘਰ ਗਿਆ, ਫਿਰ ਆਪਾਂ ਥੋੜ੍ਹਾ ਬਹੁਤ ਆਈਡੀਆ ਸ਼ੇਅਰ ਕਰਕੇ ਇੱਦਾਂ ਉਹਦਾ ਉਹਨੇ ਵੀ ਸ਼ੇਅਰ ਕੀਤੀ, ਬਸ ਉਹ ਬਣਾਈ ਗਿਆ। ਸੇ ਪਿੱਛੇ ਮੈਂ ਬੈਠਾ, ਮੈਂ ਉਹ ਵੀ ਸਿੰਥ ਜਿੱਦਾਂ ਵੀ ਇੱਕ ਦੋ ਐਡ ਕਰਦੇ ਗਿਆ ਮੈਂ ਲਿਖਦੇ ਗਿਆ ਪਿੱਛੇ। ਸੋ ਲਾਈਕ ਵਿਦ ਇਨ 2 ਆਵਰਸ ਆਪਾਂ ਲਾਈਕ ਹੋਲ ਪ੍ਰੋਸੈਸ ਕੰਪਲੀਟ ਕਰਤਾ ਉਹ ਜੀ। ਉਹ ਭਾਜੀ ਪੂਰੇ 2 ਘੰਟਿਆਂ ਦੇ ਵਿੱਚ ਤੁਸੀਂ ਪ੍ਰੋਸੈਸ ਪੂਰਾ ਕਰਤਾ? ਹਾਂ, ਮਤਲਬ ਇੱਦਾਂ ਸੀ ਕਿ ਉਹ ਨਿਊ ਕੁਝ ਬਣ ਰਿਹਾ ਸੀ ਮੇਰੇ ਤੋਂ ਵੀ, ਅਤੇ ਐਕਸਾਈਟਮੈਂਟ ਕਾਫੀ ਸੀ ਹੈ ਨਾ ਕਿ ਕੀ ਪ੍ਰੋਡਕਟ ਬਣ ਕੇ ਨਿਕਲਦਾ ਜੀ।
ਹਰੇਕ ਆਰਟਿਸਟ ਦਾ ਹੀ ਸੁਪਨਾ ਹੁੰਦਾ ਕਿ ਹਰੇਕ ਆਪਣਾ ਇੱਕ ਲਾਈਫ 'ਚ ਉੱਦਾਂ ਗਾਣਾ ਹੋਏ ਜੋ ਕਰਾਊਡ ਵੀ ਗਾ ਰਿਹਾ ਆਪਣੇ ਨਾਲ ਨਾ ਲਾਈਫ, ਕਿਉਂਕਿ ਲਾਈਵ ਸ਼ੋਅ 'ਤੇ ਉਦੋਂ ਹੀ ਮਜ਼ਾ ਆਉਂਦਾ ਕਿ ਕਰਾਊਡ ਆਪਾਂ ਦੋਵੇਂ ਇਕੱਠੇ ਮਿਲ ਕੇ ਐਂਟਰਟੇਨ ਕਰ ਰਹੇ ਹਾਂ ਨਾ ਇੱਕ ਦੂਜੇ ਨੂੰ, ਉਦੋਂ ਹੀ ਫੀਲ ਆਉਂਦੀ ਹੈ ਕਿ ਹਾਂ ਇੱਕ ਪ੍ਰੋਪਰ ਕੌਨਸੈਪਟ ਹੋ ਕੇ ਗਿਆ। ਸੋਇਆ ਇੱਕਦਮ ਨੈਕਸਟ ਲੈਵਲ ਫੀਲਿੰਗ ਆ ਕਿ ਹਾਂ ਜਿੱਥੇ ਜਾਈਏ ਆਪਾਂ, ਕੋਈ ਵੀ ਕੰਟਰੀ ਹੋਵੇ ਸਿਟੀ ਹੋਵੇ ਨਾ, ਐਵਰੀਵੇਅਰ ਲਾਈਕ ਪੀਪਲ ਆਰ ਲਵਿੰਗ, ਸੋ ਕ੍ਰੇਜ਼ੀ ਐਕਸਪੀਰੀਅੰਸ। ਗ੍ਰੇਟ ਭਾਅ ਜੀ, ਅਤੇ ਫੈਨ ਮੂਵਮੈਂਟ ਹੁੰਦਾ ਭਾਅ ਜੀ ਸਟੇਜ ਦੇ ਉੱਤੇ? ਫੈਨ ਮੂਵਮੈਂਟ ਸਟੇਜ ਦੇ ਉੱਤੇ ਤਾਂ ਨਹੀਂ, ਬਟ ਵੈਸੇ ਕਾਫੀ ਲੋਕ ਮਿਲਦੇ ਆ ਲਾਈਕ ਰੈਂਡਮਲੀ ਵੀ, ਜਿੱਥੇ ਮੈਂ ਘੁੰਮਦਾ ਫਿਰਦਾ ਵੀ ਆ ਸਟਰੀਟ 'ਤੇ। ਅੱਛਾ, ਵੈਸੇ ਵੀ ਅਤੇ ਸ਼ੋਜ਼ 'ਤੇ ਵੀ ਓਬਵੀਅਸਲੀ ਮਿਲਦਾ ਹੀ ਆ। ਕੋਈ ਕ੍ਰੇਜ਼ੀ ਫੈਨ ਮਿਲਿਆ ਕਿ ਭਾਅ ਜੀ ਇੱਦਾਂ ਇੱਦਾਂ ਕਰਕੇ ਦਿਖਾਓ ਥੋੜ੍ਹਾ ਜਿਹਾ? ਨਾ 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 ਨਾ, ਮਤਲਬ ਆਪਣੇ ਫੈਨਸ ਹਾਲੇ ਤੱਕ ਤਾਂ ਫਿਲਹਾਲ ਇੱਕਦਮ ਪ੍ਰੋਪਰ ਹੀ ਆ, ਪ੍ਰੋਪਰ। ਇਹਨਾਂ ਨੇ ਮਤਲਬ ਇੱਦਾਂ ਰਸ਼ ਟਾਈਪ ਨਹੀਂ ਕੀਤਾ ਕਿ ਲਾਈਫ 'ਚ ਨਾ, ਨਹੀਂ ਇੱਕਦਮ ਕਰਦੇ ਨਾ, ਕੋਈ ਕਾਲੀ ਕਾਲੀ ਕਰਦੇ ਆ ਕੋਈ ਜ਼ਿਆਦਾ ਨਾ ਕਰਨ ਲਈ, ਅਤੇ ਨਹੀਂ ਇੱਦਾਂ ਦਾ ਫੀਲ ਕਦੇ, ਸੋਫਿਸਟੀਕੇਟਡ ਟਾਈਪ, ਵਧੀਆ ਨੋਰਮਲ ਜਿਹਾ। ਓਕੇ, ਅੱਛਾ ਭਾਅ ਜੀ, ਤੁਸੀਂ ਦੱਸਿਆ ਕਿ ਤੁਹਾਡਾ ਨਾਮ ਚੇਂਜ ਕੀਤਾ, ਪਹਿਲਾਂ ਬੜਾ ਫੰਕੀ ਜਿਹਾ ਨਾਮ ਸੀਗਾ, ਰਿਆੜ ਸਾਹਿਬ ਭਾਅ ਜੀ ਨਾਮ ਇਹ ਕਿੱਦਾਂ ਆਜ਼ਾਦ ਕਿੱਦਾਂ ਹੋਇਆ, ਕਿਵੇਂ ਬਣਿਆ ਭਾਅ ਜੀ? ਸੋ ਇਫ ਯੂ ਨੋ ਸਿਕੰਦਰ ਕਾਲੋ ਜੀ, ਸੋ ਆਪਾਂ ਬੋਂਬੇ ਸੀਗੇ ਇੱਕ ਸ਼ੂਟ 'ਤੇ। ਅੱਛਾ ਜੀ, ਅਤੇ ਇੱਦਾਂ ਹੀ ਮਤਲਬ ਮੇਰਾ ਵੈਸੇ ਹੀ ਪਲਾਨ ਕੁਛ ਸੀਗਾ ਨਹੀਂ ਇੱਦਾਂ ਕਿ ਹੈ ਨਾ ਲਾਈਫ 'ਚ, ਬਸ ਮਸਤੀ ਮਜ਼ਾਕ 'ਚ ਹੀ ਚਾਲੂ ਕੀਤਾ ਸਾਰਾ ਕੁਛ। ਸੋ ਯਾ, ਫਰੈਂਡਸ਼ਿਪ ਵਿੱਚ ਹੀ ਚਾਰ ਪੰਜ ਦੋਸਤ ਸੀਗੇ ਆਪਾਂ, ਕੀ ਇਹ ਕਰਨਾ ਹੈ ਰੈਪ ਕਰਨਾ ਹੈ ਨਾ, ਟਿਊਸ਼ਨ 'ਚ ਬਹਿ ਕੇ ਮੈਂ ਕਿਹਾ ਚੱਲ ਠੀਕ ਹੈ, ਇੱਦਾਂ ਉੱਦਾਂ ਕਰਕੇ ਕੁਛ ਨੌਲੇਜ ਨਹੀਂ ਸੀਗਾ ਵੈਸੇ, ਬਸ ਹੌਲੀ ਹੌਲੀ ਕਰਕੇ ਥੋੜ੍ਹਾ ਬਹੁਤ 9th 'ਚ ਸੀਗਾ ਮੈਂ ਉਹ ਟਾਈਮ 'ਤੇ, ਬਸ ਪਸੰਦ ਆ ਗਿਆ ਉਹ ਚੀਜ਼, ਅਡਾਪਟ ਕਰ ਲਿਆ ਅਤੇ ਦੇਖੀ ਆਪਾਂ ਲਿਖ ਕੇ ਨਾ ਕਿੱਦਾਂ ਦਾ ਫੀਲ ਹੁੰਦਾ ਆਪਣੀ ਲਾਈਕ, ਹਿਪ ਹੌਪ ਇਜ਼ ਆਲ ਅਬਾਊਟ ਆਪਣੀ ਲਾਈਫ ਕਿੱਦਾਂ ਦੀ ਆ, ਸੋ ਮਤਲਬ ਰੀਅਲ ਥਿੰਗ। ਸੋ ਜੋ ਵੀ ਆਪਣੀ ਲਾਈਫ 'ਚ ਉੱਦਾਂ ਹੀ ਮੈਂ ਥੋੜ੍ਹਾ ਬਹੁਤ ਉਹ ਟਾਈਮ 'ਤੇ ਤਾਂ ਵੈਕ ਸ਼ੇਟ ਹੀ ਲਿਖਦਾ ਸੀ, ਮਤਲਬ ਇਹਦਾ ਹੁਣ ਜਿੱਦਾਂ ਆਦਤ ਹੋ ਗਈ ਹੈ ਨਾ ਸਾਰੀ ਚੀਜ਼ਾਂ ਦੀ, ਅਤੇ ਬਸ ਉਹ ਟਾਈਮ ਹੁਣ ਹਲੇ ਵੀ ਸੁਣ ਕੇ ਨਾ ਇੱਦਾਂ ਲੱਗਦਾ ਕਿ ਕੀ ਲਿਖਦਾ ਸੀ ਮੈਂ ਨਾ ਉਹ ਟਾਈਮ 'ਤੇ। ਸੋ ਬਸ ਇੱਦਾਂ ਹੀ ਆਪਾਂ ਸ਼ੂਟ 'ਤੇ ਸੀਗੇ, ਸੋ ਆਪਾਂ ਵੈਸੇ ਸਿਕੰਦਰ ਕਾਲੋ 'ਤੇ ਆਪਾਂ ਚਿੱਲ ਕਰ ਰਹੀ, ਉੱਦਾਂ ਭਾਅ ਜੀ ਨੇ ਕਿਹਾ ਕਿ ਤੈਨੂੰ ਲੱਗਦਾ ਨਹੀਂ ਕਿ ਫਰੈਂਜ਼ੀ ਨਾਮ ਤੇਰਾ ਲਾਈਕ ਪੰਜਾਬੀ ਆਰਟਿਸਟ ਨਹੀਂ ਲੱਗਦਾ ਤੂੰ ਹੈ ਨਾ ਸੁਣ ਕੇ ਫਰੈਂਜ਼ੀ ਨਾਮ ਤੇਰਾ, ਅਤੇ ਇੱਦਾਂ ਕੋਈ ਕਹੂੰਗਾ ਨਹੀਂ ਤੈਨੂੰ ਕਿ ਤੂੰ ਪੰਜਾਬੀ ਆਰਟਿਸਟ ਆ ਜਾਂ ਪੰਜਾਬੀ ਰੈਪਰ ਆ। ਸੋ ਮੈਂ ਭਾਅ ਜੀ ਨੂੰ ਕਿਹਾ ਕਿ ਮਤਲਬ ਮੈਂ ਵੀ ਸੋਚ ਹੀ ਰਿਹਾ ਵੈਸੇ ਨਾ ਕੁਛ ਕ੍ਰੇਜ਼ੀ ਦਾ ਨਾਮ ਹੋਣਾ ਚਾਹੀਦਾ ਆਪਣਾ, ਲਾਈਕ ਸੂਟ ਨਹੀਂ ਕਰਦਾ ਪਰਸਨੈਲਿਟੀ ਨਹੀਂ ਜੀ। ਸੋ ਬਸ ਇੱਦਾਂ ਹੀ ਆਪਾਂ ਗੱਲਾਂ ਬਾਤਾਂ ਕਰਦੇ ਕਰਦੇ ਆਪਣਾ ਰਿਆੜ ਇਜ਼ ਮਾਈ ਸਰ ਨੇਮ ਜੀ, ਸੋ ਭਾਅ ਜੀ ਨੇ ਕਿਹਾ ਇੰਨਾ ਕੂਲ ਸਰ ਨੇਮ ਆ ਤੇਰਾ ਕਿਉਂ ਨਹੀਂ ਹੈ ਨਾ ਆਪਾਂ ਸਟੇਜ ਨੇਮ ਹੀ ਰੱਖ ਲਾ, ਇਹਨੂੰ ਕੈਰੀ ਕਰ ਲਾ, ਇੱਕ ਰੋਇਲ ਫੀਲਿੰਗ ਆ ਨਾਮ 'ਚ। ਸੋ ਬਸ ਉਸ ਤੋਂ ਬਾਅਦ ਹਰ ਪਾਸੇ ਫਿਰ ਰਿਆੜ ਸਾਹਿਬ ਹੋਈ ਪਈ ਹੈ। ਅੱਛਾ ਭਾਅ ਜੀ, ਤੁਸੀਂ ਇਹ ਵੀ ਗਾਣਾ ਲਿਖਿਆ, ਪਹਿਲਾਂ ਵੀ ਇਸ ਤੋਂ ਲਿਖੇ ਨੇ, ਤੁਹਾਡਾ ਜਿਹੜਾ ਲਾਈਫ ਦਾ ਪਹਿਲਾ ਸੌਂਗ ਸੀਗਾ ਜਿਹੜਾ ਤੁਸੀਂ ਲਿਖਿਆ ਸੀਗਾ, ਉਹ ਹੁਣ ਤੁਸੀਂ ਜਦੋਂ ਪੜ੍ਹਦੇ ਹੋ ਜਾਂ ਗਾਉਂਦੇ ਹੋ ਜਾਂ ਸੁਣਦੇ ਹੋ ਤੇ ਉਦੋਂ ਕੀ ਫੀਲ ਹੁੰਦਾ ਯਾਰ ਆਹ ਮੈਂ ਕਿੱਦਾਂ ਦਾ ਲਿਖਿਆ ਸੀ ਤੇ ਆਹ ਵਾਲਾ, ਕਿੰਨਾ ਭਾਅ ਜੀ ਡਿਫਰੈਂਸ ਹੈ? ਮਤਲਬ ਡਿਫਰੈਂਸ ਤੋਂ ਇੱਕ ਬੋਲਦੇ ਨਾ ਜ਼ਮੀਨ ਆਸਮਾਨ ਦਾ ਹੀ ਹੈ, ਕਿਉਂਕਿ ਜਦੋਂ ਆਪਾਂ ਸਟਾਰਟ ਕਰਦੇ ਆਪਾਂ ਨੂੰ ਕੁਝ ਐਕਸਪੀਰੀਅੰਸ ਤੇ ਕੁਝ ਹੁੰਦਾ ਨਹੀਂ ਹੈਗੀ ਨਾ, ਪ੍ਰਾਊਡ ਫੀਲਿੰਗ ਹੁੰਦੀ ਨਾ? ਹਾਂਜੀ, ਆਫਕੋਰਸ, ਲਾਈਕ ਇੱਕ ਪਰਟੀਕੁਲਰਲੀ ਇੱਕ ਸਟੇਜ ਹੁੰਦਾ ਸਾਰਿਆਂ ਦਾ ਨਾ, ਸੋ ਠੀਕ ਆ ਉਹ ਵੀ ਇੱਕ ਸਟੇਜ ਸੀਗਾ, ਇੱਦਾਂ ਨਹੀਂ ਕਹਿ ਸਕਦੇ ਕਿ ਨਹੀਂ ਡਾਇਰੈਕਟ ਹੀ ਆਪਾਂ ਏ ਲੈਵਲ 'ਤੇ ਪਹੁੰਚ ਨਹੀਂ ਸਕਦੇ, ਅਤੇ ਯਸ ਸੁਣ ਕੇ ਮੈਂ ਜੇ ਵੀ ਸੁਣਦਾ ਉਹ ਸਾਰੀ ਗਾਣੇ 'ਤੇ ਮੈਂ ਕਵਰ ਕਰਦਾ ਸੀ ਪਹਿਲਾਂ ਨਾ ਗਾਣਿਆਂ ਦੇ। ਸੋ ਇੱਕ ਮੇਰੀ ਮੋਮ ਨੇ 6000 ਦਾ ਮਾਈਕ ਲੈ ਕੇ ਦਿੱਤਾ ਸੀ ਓਡਾ ਸਿਟੀ 'ਤੇ, ਬਸ ਆਪਾਂ ਉੱਪਰ ਕਮਰੇ 'ਚ ਬਹਿ ਕੇ ਰਿਕਾਰਡ ਕਰਦੇ ਹੁੰਦੇ, ਉਹਦਾ ਮੁੱਲ ਤਾਰਿਆ ਪੂਰਾ। ਹਾਂਜੀ ਹਾਂਜੀ, ਅਤੇ ਬਸ ਫਿਰ ਹੌਲੀ ਹੌਲੀ ਕਰਕੇ ਥੋੜ੍ਹਾ ਬਹੁਤ, ਅਤੇ ਡਿਵਾਈਨ ਭਾਅ ਜੀ ਆਈ ਐਮ ਸਾਈਨ ਟੂ ਗਲੀ ਗੈਂਗ, ਓਕੇ ਯਾ, ਅਤੇ ਹੋਰ ਐਕਸਪੀਰੀਅੰਸ ਵੱਧਦਾ ਗਿਆ ਹੌਲੀ ਹੌਲੀ, ਇੱਕ ਮੁਕਾਮ ਮਿਲਦਾ ਗਿਆ, ਮੁਕਾਮ ਮਿਲਦਾ ਗਿਆ। ਸੋ ਯਾ ਬਿਲਕੁਲ ਭਾਅ ਜੀ, ਇੱਦਾਂ ਹੀ ਮੁਕਾਮ ਮਿਲਦੇ ਰਹਿਣ, ਅਤੇ ਤੁਹਾਨੂੰ ਬੈਸਟ ਵਿਸ਼ਿਜ਼ ਨੇ ਭਾਅ ਜੀ ਪੂਰੀ ਪੀ ਟੀ ਸੀ ਦੀ ਟੀਮ ਵੱਲੋਂ, ਅਤੇ ਆਲ ਦਾ ਵੈਰੀ ਬੈਸਟ, ਅਤੇ ਇੱਕ ਵਾਰੀ ਫਿਰ ਮੁਬਾਰਕਾਂ ਜੀ। ਥੈਂਕ ਯੂ ਸੋ ਮਚ ਪੀ ਟੀ ਜੀ ਚੈਨਲ ਦਾ, ਲੋਟਸ ਆਫ ਲਵ ਯੂ।